ਇਸ ਤਜਰਬੇ ਨੂੰ ਸਾਬਣ ਦੇ ਪਤਲੇ ਘੋਲ ਅਤੇ ਸਿਰਿੰਜ ਦੀ ਮਦਦ ਨਾਲ ਕੀਤਾ ਜਾ ਸਕਦਾ ਹੈ। ਇਸ ਪਤਲੇ ਘੋਲ ਨੂੰ ਸਿਰਿੰਜ ਵਿੱਚ ਭਰੋ ਅਤੇ ਇੱਕ ਨਿਸ਼ਚਿਤ ਉਚਾਈ ਤੋਂ ਬੂੰਦ ਬੂੰਦ ਕਰਕੇ ਸਾਬਣ ਦੇ ਘੋਲ 'ਤੇ ਪਾਓ। ਜੇ ਉਚਾਈ ਸਹੀ ਹੋਵੇਗੀ ਤਾਂ ਇਹ ਬੂੰਦਾਂ ਘੋਲ 'ਤੇ ਤੈਰਨ ਲੱਗ ਜਾਣਗੀਆਂ। ਕੁਝ ਦੇਰ ਬਾਅਦ ਹੋਰ ਬੂੰਦਾਂ ਪਾਓ ਤਾਂ ਕਿ ਇਹ ਬੂੰਦਾਂ ਇਕੱਠੀਆਂ ਹੋ ਜਾਣ ਅਤੇ ਤੈਰਨ ਲੱਗਣਗੀਆਂ। ਬੂੰਦਾਂ ਅਤੇ ਤਰਲ ਪਦਾਰਥ ਇੰਟਰਫੇਸ 'ਤੇ ਘੁਲਦੇ ਨਹੀਂ, ਪਰ ਉੱਪਰਲੀ ਸਤਹ 'ਤੇ ਹੀ ਬੂੰਦਾਂ ਤੈਰਦੀਆਂ ਰਹਿਣਗੀਆਂ। ਇਹ ਨਜ਼ਾਰਾ ਬਹੁਤ ਹੀ ਖੂਬਸੂਰਤ ਲੱਗਦਾ ਹੈ।